ਅਸੀਂ ਇਹ ਗੱਲਾਂ ਕਰ ਰਹੇ ਹਾਂ, ਤੁਸੀਂ ਸਾਡੇ ਖਿਲਾਫ਼ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਦੇ ਹੋ, ਮੁਲਕ ਖਾਦਮ ਗਾਲੀਆਂ ਦਿੱਤਾ। ਮੈਂ ਕੋਈ ਜੱਲਾਂ? ਮੇਰਾ ਕੋਈ ਦਿਮਾਗ ਖਰਾਬ ਹੈ ਸ਼ਾਹ ਜੀ? ਮੇਰਾ ਦਿਮਾਗ ਤੇ ਅਲਹਮਦੁਲਿਲਾ ਕੰਪਿਊਟਰ ਹੈ। ਹਾਂਜੀ, ਮੈਂ ਇੱਕ ਰਕਤ ਵਿੱਚ ਜ਼ਬਾਨੀ ਕੁਰਾਨ ਪੜ੍ਹ ਸਕਦਾ, ਇਤਨਾ ਮੈਨੂੰ ਯਾਦ। ਤਵੱਜੋ, ਜ਼ਬਾਨੀ ਕੁਰਾਨ ਹੀ ਨਹੀਂ ਪੜ੍ਹ ਸਕਦਾ, ਅਲਹਮਦੁਲਿਲਾ ਕੇ ਵੰਨਾਸ ਤੱਕ ਸਾਰੇ ਕੁਰਾਨ ਦੀਆਂ ਗਿਰਦਾਨਾਂ ਵੀ ਮੈਨੂੰ ਆਉਂਦੀਆਂ। ਮੌਲੀ ਖਾਦਮ ਗਾਲੀਆਂ ਦਿੱਤਾ, ਸੁਣਿਆ? ਮੌਲੀ ਖਾਦਮ ਗਾਲੀਆਂ ਦਿੱਤਾ। ਓ ਮੈਂ ਆ ਕੇ ਚੱਲਿਆ, ਗਾਲੀਆਂ ਦਿੰਦਾ ਮੌਲੀ ਖਾਦਮ ਗਾਲੀਆਂ? ਓਹ ਬੱਚਿਓ, ਤੁਹਾਨੂੰ ਅੱਲਾ ਸਲਾਮਤ ਰੱਖੇ, ਤੁਹਾਡੀ ਜਵਾਨੀਆਂ ਨੂੰ ਸਲਾਮਤ ਰੱਖੇ। ਤੁਸੀਂ ਬੈਠੋ, ਅਸੀਂ ਤੁਹਾਨੂੰ ਵੇਖ ਕੇ ਖੁਸ਼ ਹਾਂ। ਤੁਸਾਂ ਹੀ ਸਮੁੰਦਰਾਂ 'ਚ ਘੋੜੇ ਪਾਉਣੇ ਨੇ, ਡਾਕਟਰ ਆਫੀਆ ਸਿੱਦੀਕੀ ਤੁਸਾਂ ਲਿਆਣੀ। ਹਾਂ, 20 ਸਾਲ ਹੋ ਗਏ, ਮੈਂ ਵੀ ਜੇਲ੍ਹ 'ਚ ਰਿਹਾ। 20 ਮਿੰਟ ਵੀ ਬੜੀ ਔਖੀ ਹੁੰਦੀ ਜੇਲ੍ਹ, ਅਤੇ ਉਹ ਕੁੜੀ ਬੈਠੀ ਜੇਲ੍ਹ 'ਚ। ਇਹ ਪਿਛਲੇ ਦਿਨਾਂ ਜੋ ਉਹਨਾਂ ਦੀ ਅੰਮੀ ਜਾਨ ਨੇ ਘਰ ਆਲ ਪਾਰਟੀਜ਼ ਕਾਨਫਰੰਸ ਬੁਲਾਈ, ਸਾਡੇ ਵੀ ਕਰਾਚੀ ਦੇ ਅਮੀਰ ਮੌਲਾਨਾ ਰਜ਼ੀ ਹੁਸੈਨੀ ਗਏ, ਉਹ ਕਹਿਣ ਲੱਗੇ ਕਿ ਉਹਨਾਂ ਦੀ ਅੰਮੀ ਜਾਨ ਕਹਿੰਦੀ ਕਿ ਹੁਣ ਤਾਂ ਉਹ ਬੱਚੀ ਨੂੰ ਨਾਲ ਖਿੰਜ਼ੀਰ ਵੀ ਖਿਲਾਉਣ ਲੱਗ ਪਏ, ਔਰ ਰੋਜ਼ਾਨਾ ਕੰਨ 'ਤੇ ਲਾਉਂਦੀ ਹੋਣੀ ਨਾ ਦੀਵਾਰ ਨਾਲ ਕਿ ਮੁਹੰਮਦ ਬਿਨ ਕਾਸਿਮ ਨਹੀਂ ਆਇਆ। ਐਂ ਤਾਂ ਉਹ ਕਹਿੰਦੀ ਹੋਣੀ ਰੋਜ਼ ਕਿ ਮੁਹੰਮਦ ਬਿਨ ਕਾਸਿਮ ਘੋੜੇ ਲੈ ਕੇ ਨਹੀਂ ਆਇਆ, ਇਹ ਤਾਂ ਕੰਨ ਲਾਉਂਦੀ ਹੋਣੀ ਰੋਜ਼। ਇੱਥੇ ਯਾਰ ਇੱਕ ਚੂੜੀ ਨਾਲ ਕੁਫਰ ਉਹਦੇ ਵਾਸਤੇ ਇਕੱਠਾ ਹੋ ਗਿਆ, ਹਜ਼ੂਰ ਦੇ ਖਿਲਾਫ਼ ਉਹਨੇ ਗੱਲਾਂ ਕੀਤੀਆਂ। ਜਦ ਤੱਕ ਕੁਫਰ ਉਹਨੂੰ ਲੈ ਨਹੀਂ ਗਿਆ, ਸਾਨੂੰ ਜੇਲ੍ਹਾਂ 'ਚ ਰੱਖਿਆ, ਹਜ਼ਾਰਾਂ ਬੰਦੇ ਲੱਬੈਕ ਦੇ ਅੰਦਰ ਕਰ ਦਿੱਤੇ, ਨਾ ਸੱਯਦ ਵੇਖੇ, ਨਾ ਹਾਫਿਜ਼ ਵੇਖੇ, ਨਾ ਕਾਰੀ ਵੇਖੇ, ਨਾ ਇਮਾਮ ਵੇਖੇ, ਨਾ ਮੇਰੇ ਜੇ ਮਾਜ਼ੂਰ ਵੇਖੇ, ਇੱਕ ਚੂੜੀ ਨੂੰ ਛੱਡਣ ਵਾਸਤੇ। ਅਤੇ ਯਾਰ ਉਸ ਨਾ ਕਿਸ ਨੇ ਛੁਡਾਉਣਾ ਹੈ ਉਸਨੂੰ, ਕਦੀ ਸੋਚੀ ਤੁਸੀਂ ਇਹ ਗੱਲ? 20 ਸਾਲ ਅੱਜ ਹੋ ਗਏ, ਉਹਦੇ ਬੱਚੇ ਵੀ ਜਵਾਨ ਹੋ ਗਏ। ਉਹਦਾ ਬੱਚਾ ਜਿਹੜਾ ਆਇਆ ਸੀ ਨਾ ਉਸ ਵੇਲੇ ਛੋਟਾ ਸੀ, ਹੋਸ਼ੋ ਆਵਾਜ਼ 'ਚ ਆਇਆ ਸੀ। ਮੈਂ ਜਦੋਂ ਕਰਾਚੀ ਗਿਆ ਨਾ ਉਹਨਾਂ ਨੂੰ ਘਰ ਮਿਲਣ, ਅਤੇ ਮੈਂ ਉਸ ਬੱਚੇ ਨੂੰ ਪੁੱਛਿਆ, ਮੈਂ ਕਿਹਾ ਯਾਰ ਇਨਸਾਨੀਅਤ ਕੀ ਬੜੀ ਬਾਤਾਂ ਕਰਤੇ ਹੈ ਯੇ ਯੂਰਪ ਵਾਲੇ, ਤਾਂ ਮੈਂ ਕਿਹਾ ਤੂੰ ਤਾਂ ਛੋਟਾ ਜਿਹਾ ਬੱਚਾ ਸੀ ਅਤੇ ਤੇਰੇ ਤਾਂ ਅਮਰੀਕੀ ਫੌਜੀ ਬੜਾ ਇਤਰਾਮ ਕਰਦੇ ਹੋਣੇ। ਮੈਨੂੰ ਹੱਸ ਕੇ ਕਹਿਣ ਲੱਗਾ, ਓਹੋ, ਕਹਿੰਦੇ ਕਰਾਚੀ ਜਦੋਂ ਸਾਨੂੰ ਗ੍ਰਿਫਤਾਰ ਕੀਤਾ, ਇੱਥੋਂ ਮੈਨੂੰ ਮਾਂ ਤੋਂ ਜੁਦਾ ਕੀਤਾ, ਮੇਰੀ ਰਿਹਾਈ ਤੱਕ ਮੈਂ ਮਾਂ ਨਹੀਂ ਵੇਖੀ। ਅਤੇ ਜਿਹੜਾ ਉਹਨੇ ਪੁੱਛਾ ਪੁੱਤਰ ਗੋਦੀ 'ਚ ਆਇਆ ਸੀ ਉੱਥੇ ਲਾਹੌਰ ਕਰਾਚੀ ਦੇ ਰੋਡ ਉੱਤੇ ਉਹਨੇ ਮਾਰ ਦਿੱਤਾ ਸੀ ਅਮਰੀਕੀਆਂ ਨੇ ਐਂ ਚੁੱਕ ਕੇ ਥੱਲੇ। ਅਤੇ ਉਹ ਕਹਿਣ ਲੱਗਾ ਮੇਰੇ ਨਾਲ ਜੋ ਕੁਛ ਅਮਰੀਕੀ ਫੌਜੀਆਂ ਨੇ ਕੀਤਾ ਮੈਂ ਤੁਹਾਨੂੰ ਦੱਸਾਂ। ਮੈਂ ਕਿਹਾ ਦੱਸ। ਕਹਿਣ ਲੱਗਾ ਜਿਸ ਕਮਰੇ 'ਚ ਮੈਂ ਬੈਠਾ ਹੁੰਦਾ ਸੀ ਨਾ, ਬੱਚਾ ਸੀ ਇਤਨਾ ਸਾਰਾ ਉਸ ਵੇਲੇ। ਕਹਿਣ ਲੱਗਾ ਜਿਹੜਾ ਵੀ ਅਮਰੀਕੀ ਫੌਜੀ ਆਉਂਦਾ ਸੀ ਠੁੱਡੇ ਮਾਰ ਕੇ ਕੁਸ ਕੋਨੇ ਸੁੱਟ ਦਿੰਦਾ ਸੀ, ਦੂਸਰਾ ਆਉਂਦਾ ਸੀ ਠੁੱਡੇ ਮਾਰ ਕੇ ਇਸ ਕੋਨੇ। ਮੈਂ ਕਿਹਾ ਯਾਰ ਇੱਥੇ ਤਾਂ ਬੜੇ ਇਨਸਾਨੀਅਤ ਦੇ ਦਰਸ ਦਿੰਦੇ ਨੇ। ਕਹਿੰਦਾ ਤੁਸੀਂ ਨਾ ਪੁੱਛੋ ਸਾਡੇ ਨਾਲ ਕੀ ਉੱਥੇ ਬੀਤੀ। ਅੱਜ ਵੀ ਉਹ ਕੁੜੀ ਉਸਦੀ ਅੰਮੀ ਨੇ ਮੈਨੂੰ ਦੱਸਿਆ ਕਿ ਉਹ ਅਮਰੀਕੀ ਕਹਿੰਦੇ ਨੇ ਹੁਣ ਮੁਹੰਮਦ ਬਿਨ ਕਾਸਿਮ ਕਿਸੇ ਨਹੀਂ ਆਉਣਾ, ਤੂੰ ਇੱਕ ਤਰੀਕਾ ਹੈ, ਅਸੀਂ ਤੈਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੰਦੇ ਹਾਂ, ਕੁਰਾਨ ਥੱਲੇ ਵਿਛਾ ਦਿੰਦੇ, ਤੂੰ ਪੈਰ ਰੱਖ ਕੇ ਕੁੰਡੀ ਖੋਲ ਕੇ ਚਲੀ ਜਾ। ਲੇਕਿਨ ਉਸ ਕੁੜੀ ਉਹਨੇ ਕਿਹਾ ਮੈਂ ਮਰ ਤਾਂ ਸਕਦੀ ਹਾਂ, ਇੰਝ ਤਾਂ ਨਹੀਂ ਨਾ ਆਉਣਾ। ਯਾਰ ਤੁਸੀਂ ਕੋਈ ਸਾਡੇ ਖਿਲਾਫ਼ ਗੱਲਾਂ ਸੁਣਨ ਕਰਨ ਤੋਂ ਪਹਿਲੇ ਨਾ ਸੋਚਿਆ ਕਰੋ ਕਿ ਮੌਲਾਨਾ ਕਿਹੜਾ ਜੁਰਮ ਕਰ ਰਹੇ ਹਨ। ਅਸਾਂ ਹਜ਼ੂਰ ਦੀ ਖਤਮੇ ਨਬੂਵਤ 'ਤੇ ਪਹਿਰਾ ਦਿੱਤਾ, 70 ਸਫ਼ੇ ਨਾ ਬਦਲੇ ਯਾਰ, ਅਤੇ ਅਸੀਂ ਪੁੱਛਣ ਗਏ ਸੀ ਬਈ ਕਿਹੜਾ ਬਦਮਾਸ਼ ਹੈ, ਅਤੇ ਬਜਾਏ ਇਸ ਦੇ ਕਿ ਉਸ ਬਦਮਾਸ਼ ਨੂੰ ਹਟਾਉਂਦੇ, ਸਾਡੇ 8 ਬੰਦੇ ਸ਼ਹੀਦ ਕਰ ਦਿੱਤੇ। ਕਿਉਂ ਹੁਣ ਤੱਕ ਸਾਡੇ 16 ਬੰਦੇ ਸ਼ਹੀਦ ਹੋ ਚੁੱਕੇ ਨੇ ਹੁਣ ਤੱਕ, ਜਿਹੜੇ ਬਾਕੀ ਜ਼ੁਲਮ ਸਿਤਮ ਗ੍ਰਿਫਤਾਰੀ ਦੇ ਦੌਰਾਨ ਜਿਹੜੀ ਘਰ ਚਾਦਰ ਅਤੇ ਚਾਰ ਦੀਵਾਰੀ ਦਾ ਇਹਨਾਂ ਨੇ ਕੀਤਾ, ਉਹ ਤਾਂ ਮੈਂ ਬਿਆਨ ਕਦੇ ਨਹੀਂ ਕੀਤਾ। ਖਾਨੇਵਾਲ ਕੀ ਹੋਇਆ, ਅਤੇ ਖਾਰੀਆਂ ਕੀ ਹੋਇਆ, ਅਤੇ ਗੁਜਰਾਤ ਕੀ ਹੋਇਆ, ਅਤੇ ਮੌਲਾਨਾ ਯੂਸਫ ਸਾਹਿਬ ਬੁੱਢੇ 90 ਸਾਲ ਆਲਿਮ ਸਨ, ਹਾਫਜ਼ਾਬਾਦ ਜੇਲ੍ਹ 'ਚ ਰਜ਼ਾਈ ਨਹੀਂ ਦਿੱਤੀ, ਉਹ ਸਰਦੀ ਨਾਲ ਸੁਕੜ ਕੇ ਸ਼ਹੀਦ ਹੋ ਗਏ। ਅਸੀਂ ਤਾਂ ਕਦੇ ਰੋਣੇ ਵੀ ਨਹੀਂ ਇਸ ਵਾਸਤੇ ਕਿ ਅਸੀਂ ਜੇ ਰੋ ਪਏ ਫਿਰ ਤੁਹਾਨੂੰ ਕੌਣ ਚੁੱਪ ਕਰਾਏਗਾ। ਅਸੀਂ ਫਿਰ ਵੀ ਦਲੇਰ ਰਾਂਦਿਆਂ, ਅੰਦਰ ਰੋਈਏ ਅਤੇ ਬਾਹਰ ਹੱਸੀਏ, ਸਦਾ ਪੈ ਮਿਲੀਏ ਚਾਹਾਂ ਨਾਲ, ਦਿਲ ਲੱਗਿਆ ਬੇਪਰਵਾਹਾਂ ਨਾਲ, ਜਿੱਥੇ ਦਮ ਮਾਰਨ ਦੀ ਨਹੀਂ ਮਜਾਲ ਤੁਹਾਡੇ ਨਾਲ। ਇਸ ਵਾਸਤੇ ਅਸੀਂ ਗੱਲਾਂ ਇਹ ਸਿਰਫ ਇਸ ਵਾਸਤੇ ਕਰਦੇ ਹਾਂ ਕਿ ਉੱਠੋ, ਇੱਕ ਦਿਨ ਵੈਸੇ ਵੀ ਚਲਾ ਜਾਣਾ, ਅਤੇ ਕਮ ਅਜ਼ ਕਮ ਇਤਨਾ ਮਾਣ ਲੈ ਕੇ ਕਬਰ 'ਚ ਜ਼ਰੂਰ ਜਾਓ ਕਿ ਜਦੋਂ ਰਸੂਲੁੱਲਾ ਤਸ਼ਰੀਫ਼ ਲਿਆਉਣ, ਉਸ ਤੋਂ ਪਹਿਲੇ ਫਰਿਸ਼ਤੇ ਪੁੱਛਣ ਹਾਂਜੀ, ਅਤੇ ਤੁਸੀਂ ਕਹੋ ਜ਼ਰਾ ਰੁਕ ਜਾਓ ਹੁਣੇ ਆ ਜਾਂਦਾ। ਕਿਉਂ ਜੀ? ਐਤਨਾ ਤਾਂ ਯਾਰ ਮਾਣ ਲੈ ਕੇ ਜਾਓ ਨਾ, ਜ਼ਰਾ ਰੁਕ ਜਾਵੋ ਹੁਣੇ ਆ ਜਾਂਦਾ, ਜੇ ਉਹ ਆ ਗਿਆ ਤੇ ਮੈਂ ਦੱਸ ਦੇਵਾਂਗਾ, ਫਿਰ ਪੁੱਛਣਾ ਉਸ ਦੇ ਬਾਰੇ ਵਿੱਚ ਜਿਹਦੀ ਦੀਦ ਦੀ ਖਾਤਿਰ ਜ਼ਰਾ
ਜਰਾ ਰੁਕ ਜਾਵੋ ਜਾਵੋ ਹੁਣ ਆ ਜਾਂਦਾ ਆਣਾ ਤਾਂ ਇੰਜ ਹੀ ਹੈ ਨਾ ਦੇਖਿਆ ਉਹ ਤਾਂ ਫਿਰ ਮੰਜ਼ਰ ਹੀ ਹੋਰ ਹੋਣਾ ਉਹ ਜਰਾ ਰੁਕ ਜਾਵੋ ਹੁਣ ਆ ਜਾਂਦਾ ਜੇ ਉਹ ਆ ਗਿਆ ਤੇ ਮੈਂ ਦੱਸ ਦੇਵਾਂਗਾ ਫਿਰ ਪੁੱਛਣਾ ਉਸਦੇ ਬਾਰੇ ਵਿੱਚ ਜਿਹਦੀ ਦੀਦ ਦੀ ਖਾਤਰ ਮਰਿਓ ਚਸ ਤਾਂ ਇਹ ਹੋਵੇ ਨਾ ਉੱਥੇ ਹਜ਼ੂਰ ਫਰਮਾ ਰਹੇ ਆਪਣੇ ਹੀ ਜਾਣੇ ਦੋ ਹੀ ਆਪਣੇ ਹੀ ਜਾਣੇ ਦੋ ਹੀ ਆਪਣੇ ਹੀ ਜਾਣੇ ਦੋ ਹੀ ਆਪਣੇ ਅਸੀਂ ਇਹ ਗੱਲਾਂ ਕਰ ਰਹੇ ਤੁਸੀਂ ਸਾਡੇ ਖਿਲਾਫ਼ ਬਹਿ ਕੇ ਲੋਕਾਂ ਦੀਆਂ ਗੱਲਾਂ ਸੁਣਦੇ ਹੋ ਮੁਲਕ ਖਾਦਮ ਗਾਲੀਆਂ ਦਿੱਤਾ ਮੈਂ ਕੋਈ ਜੱਲਾਂ ਮੇਰਾ ਕੋਈ ਦਿਮਾਗ ਖਰਾਬ ਹੈ ਸ਼ਾਹ ਮੇਰਾ ਦਿਮਾਗ ਤਾਂ ਅਲਹਮਦੁਲਿਲਾ ਕੰਪਿਊਟਰ ਹੈ ਹਾਂਜੀ ਮੈਂ ਇੱਕ ਰਕਤ ਵਿੱਚ ਜ਼ਬਾਨੀ ਕੁਰਾਨ ਪੜ੍ਹ ਸਕਦਾ ਇਤਨਾ ਮੈਨੂੰ ਯਾਦ ਤਵੱਜੋ ਜ਼ਬਾਨੀ ਕੁਰਾਨ ਹੀ ਨਹੀਂ ਪੜ੍ਹ ਸਕਦਾ ਅਲਹਮਦੁਲਿਲਾ ਕਿ ਵੰਨਾਸ ਤੱਕ ਸਾਰੇ ਕੁਰਾਨ ਦੀਆਂ ਗਿਰਦਾਨਾਂ ਵੀ ਮੈਨੂੰ ਆਉਂਦੀਆਂ ਅਲਹਮਦੁ ਸ਼ਰੀਫ ਤੋਂ ਸ਼ੁਰੂ ਹੁੰਦਾ ਹਮਦ ਅਹਮਦ ਹਮਦਨ ਫਵਾ ਹਾਮਿਦ ਹਮਦ ਅਹਮਦ ਹਮਦਨ ਫਜ਼ਾ ਕਾ ਮਹਮੂਦ ਲਮ ਅਹਮਦ ਲਮ ਅਹਮਦ ਲਾ ਅਹਮਦ ਲਾ ਅਹਮਦ ਲੈ ਅਹਮਦ ਲੈ ਅਹਮਦ ਲੈ ਅਹਮਦ ਅਨ ਲੈ ਅਹਮਦ ਅਨ ਲੈ ਅਹਮਦ ਅਨ ਲੈ ਅਹਮਦ ਅਨ ਲਮ ਰਮਿਨ ਅਹਮਦ ਲੈ ਤੁਹਮਦ ਲੈ ਅਹਮਦ ਲੈ ਅਹਮਦ ਵਨ ਨਾ ਯਾਨੁ ਲਾ ਤਹਮਦ ਲਾ ਤੁਹਮਦ ਲਾ ਅਹਮਦ ਲਾ ਅਹਮਦ ਅਜ਼ਰਫ ਮਿਨ ਮਹਮਦ ਮਹਮਦਾਨ ਮਹਾਮਿਦ ਵ ਮੁਹਾਮਿਦ ਵਲ ਆਲਤ ਮਿਨ ਮਹਮਦ ਮਹਮਦਾਨ ਮਹਾਮਿਦ ਵ ਮੁਹਾਮਿਦ ਮਹਮਦਤ ਮਹਮਦਤਾਨ ਮਹਾਮਿਦ ਵ ਮੁਹਾਮਿਦਤ ਮਹਮਾਦ ਮਹਮਾਦਾਨ ਮਹਾਮਿਦ ਮੁਹਾਮਿਦ ਵ ਮੁਹਾਮਿਦਤ افعل التفضيل المذكر من احمد احمدان احمدنا حامد و حامد والمؤنث منه حمدا حمديان حمديات حمد و حميدا وفعل التعجب من ما احمد و احمد بي و حمد يا حمدات سبحان الله سبحان الله کیوں جی اے بھی مینوں آندا تے نالے بھی پتہ الحمد دی دال تے پیش کیوں آئی او یار تسی پھر میرے خلاف گلاں بیک کرنے ہو ਉਹਨਾਂ ਨੂੰ ਤਾਂ ਦਰਦ ਹੋਰ ਤੁਸੀਂ ਤਾਂ ਹਜ਼ੂਰ ਦੇ ਗੁਲਾਮ ਹੋ ਕਮ ਅਜ਼ ਕਮ ਮੇਰੇ ਖਿਲਾਫ਼ ਗੱਲਾਂ ਤਾਂ ਨਾ ਕੀਤੇ ਕਰੋ ਕਿਆਮਤ ਵਾਲੇ ਦਿਨ ਇਹ ਗੁਨਾਹ ਤੇ ਆਪਣੇ ਨਾਮ ਅਮਾਲ ਇਤਨੇ ਗਾਲੀਆਂ ਦਿੱਤਾ ਕੌਣ ਸੀ ਗਾਲੀ ਮੈਂ ਦਿੱਤਾ ਨਾ ਨਾ ਦੇਖੋ ਇਕਬਾਲ ਦਾ ਮੈਂ ਸ਼ੇਰ ਅਗਰ ਦੋ ਇੱਥੇ ਪੜ ਜਾਵਾਂ ਨਾ ਤੇ ਸ਼ਾਇਦ ਕੋਈ ਤਰਜਮਾ ਕਰਾਂ ਤਾਂ ਪੂਰਾ ਮਜਮਾ ਹੀ ਨੱਸ ਜਾਏ ਕਹਿੰਦਾ ਐਡੀ ਡਾਡੀਆਂ ਗੱਲਾਂ ਇਕਬਾਲ ਕਰਨਾ ਚੰਗਾ ਬੰਦਾ ਹੈ ਚੰਗਾ ਮੁਸਫਰ ਪਾਕਿਸਤਾਨ ਉਹ ਚੱਲਿਓ ਜਦੋਂ ਗੱਲ ਹੋਵੇ ਤਾਂ ਫਿਰ ਗੱਲ ਕਰਨੀ ਪੈਂਦੀ ਹੁਣ ਜਿਹਦੇ ਅੰਦਰ ਗੈਰਤ ਨਾ ਹੋਵੇ ਤਾਂ ਬੰਦਾ ਉਹਨੂੰ ਕੀ ਕਹੇ ਜਨਾਬ ਤੁਹਾਡੀ ਜਿਹੀ ਗੈਰਤ ਹੀ ਕਿਸੇ ਉਹਨੂੰ ਤਾਂ ਬੇਗੈਰਤ ਕਹਿਣਾ ਹੀ ਪੈਣਾ ਜੀ ਇਕਬਾਲ ਵੀ ਕਹਿੰਦਾ ਤਾ ਕੁਜਾ ਬੇਗੈਰਤ ਦੀ ਜ਼ੀਸਤਨ ਐ ਮੁਸਲਮਾਨ ਇਹ ਤੇ ਬੇਗੈਰਤ ਇਕਬਾਲ ਵੀ ਲਫ਼ਜ਼ ਕੀਤੇ ਕਹਿੰਦੇ ਮੁਲਕ ਖਾਦਮ ਗਾਲੀਆਂ ਦੇਤਾ ਮੈਂ ਕਿਹਾ ਫਿਰ ਇਕਬਾਲ ਕਿਆ ਕਰਦਾ ਜਿਹੜਾ ਨਬੀ ਦੇ ਖਿਲਾਫ਼ ਸ਼ਾਹ ਜੀ ਮੂਸਾ ਅਲੈਹਿ ਸਲਾਮ ਦੇ ਖਿਲਾਫ਼ ਬਲਮ ਬਿਨ ਬਾਉਰ ਬਦੁਆ ਕਰ ਦਿੱਤੀ ਤੇ ਕੁਰਾਨ ਨੇ ਉਹਨੂੰ ਨਹੀਂ ਕਿਹਾ ਕਿ ਮਸਲੂ ਕਾ ਮਸਲ ਕਲਬ ਪਰ ਮੈਂ ਉਸਕੀ ਮਿਸਾਲ ਤੋਂ ਕੁੱਤੇ ਕੀ ਤਰ੍ਹਾਂ ਹੈ ਜਿਹੜਾ ਨਬੀ ਦੇ ਬਾਰੇ ਜਨਾਬ ਮੂਸਾ ਦੇ ਬਾਰੇ ਗੱਲ ਕਰੇ ਉਹ ਕੁੱਤੇ ਕੀ ਤਰ੍ਹਾਂ ਹੈ ਤੋ ਜੋ ਹਜ਼ੂਰ ਕੇ ਬਾਰੇ ਮੈਂ ਬਾਤ ਕਰੇ ਇਹ ਤਾਂ ਕੁਰਾਨ ਮੇ ਲਫ਼ਜ਼ ਮੌਜੂਦ ਹੈ ਲੋਕ ਹਮੇ ਪਹਿ ਕੁਰਾਨ ਪਹਿਲੇ ਪੜ੍ਹ ਇਕਬਾਲ ਕਹਿੰਦਾ ਇਲਮ ਹਕਰਾ ਦਰ ਕਫਾ ਅੰਦਾਖਤਨ ਬਾਹਰੇ ਨਾਨੇ ਨਕਦੀ ਦੀ ਦਰ ਬਾਖਤਨ ਇਕਬਾਲ ਕਹਿੰਦਾ ਕੁਰਾਨ ਹਦੀਸ ਤਾਂ ਚੁੱਕ ਕੇ ਤੂੰ ਕੰਢ ਪਿੱਛੇ ਰੱਖਿਆ ਹੁਣ ਰੋਟੀ ਵਾਸਤੇ ABC ਪੜ੍ਹਦਾ ਰਹੋ ਸਾਰੀ ਜ਼ਿੰਦਗੀ